ਅਰਸਤੂ ਇੱਕ ਥਾਂ ਤੇ ਲਿਖਦੇ ਨੇ ਕਿ ਵਿਦਿਆ ਦੀਆਂ ਜੜਾਂ ਕੌੜੀਆਂ ਹੁੰਦੀਆਂ ਪਰ ਇਸ ਦੇ ਫਲ ਮਿੱਠੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰ ਹਾਂ ਇੱਕ ਵਿਸ਼ੇਸ਼ ਰਿਪੋਰਟ ਜਿਹੜੀ ਪਿੰਡ ਸਮਾਲ ਸਰ ਦੇ ਇੱਕ ਸਕੂਲ ਗੁਰੂ ਨਾਨਕ ਦੇ ਮਾਲਵਾ ਖਾਲਸਾ ਸਕੂਲ ਗੁਰੂ ਤੇਗ ਬਹਾਦਰਗੜ ਦੇ ਇਤਿਹਾਸ ਤੋਂ ਲੈ ਕੇ ਵਰਤਮਾਨ ਦੀਆਂ ਸਥਿਤੀਆਂ ਨਾਲ ਜੁੜੀ ਹੋਈ ਹੈ 20ਵੀਂ ਸਦੀ ਦਾ ਉਹ ਦਹਾਕਾ ਭਾਰਤ ਸਮੇਤ ਪੰਜਾਬ ਚ ਉਲਟ-ਫੁਲਟ ਵਾਲਾ ਸੀ ਇਸ ਦਾ ਹਾਕੀ ਚ ਨਵੇਂ ਐਜੂਕੇਸ਼ਨ ਸਿਸਟਮ ਨਵੀਂ ਆਜ਼ਾਦੀ ਨਵੇਂ ਕਾਨੂੰਨ ਨਵੀਂ ਖੇਤੀ ਤੇ ਨਵਾਂ ਉਦਯੋਗ ਕਹਿਣ ਦਾ ਭਾਵ ਕਿ ਭਾਰਤ ਲਈ ਪੂਰੇ ਤਰੀਕੇ ਨਾਲ ਨਵੇਂ ਪਣ ਵਾਲਾ ਸੀ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਪੰਜਾਬੀ ਸਾਹਿਤਕਾਰੀ ਨਵੇਂ ਮੀਲ ਪੱਥਰ ਸਿਰਜਦੀ ਹੈ ਪੰਜਾਬ ਦੇ ਮਾਲਵੇ ਵਿੱਚ ਗੁਰੂ ਨਾਨਕ ਦੇ ਮਾਲਵਾ ਖਾਲਸਾ ਸਕੂਲ ਗੁਰੂ ਤੇਗ ਬਹਾਦਰਗੜ੍ਹ ਦੀ ਸਥਾਪਨਾ 'ਚ ਕੁਝ ਮਹਾਨ ਸ਼ਖਸੀਅਤਾਂ ਦੇ ਨਾਂ ਲੈਣੇ ਇੱਥੇ ਬੰਦੇ ਨੇ ਜਿਸਟ ਬੀਬੀ ਮਾਨਕੌਰ ਜੀ ਰੋਡੇ ਪ੍ਰੇਰਨਾ ਸਰੋਤ ਸੰਤ ਗਿਆਨੀ ਸਿੰਘ ਜੀ ਭਿੰਡਰਾਵਾਲੇ ਤੇ ਪੂਰੀ ਉਤਸ਼ਾਹ ਨਾਲ ਜੁਟਣ ਵਾਲੇ ਸਰਦਾਰ ਬਹਾਦਰ ਕਪਤਾਨ ਭਗਵਾਨ ਸਿੰਘ ਜੀ ਬੁੱਧ ਸਿੰਘ ਵਾਲਾ ਤੇ ਇਸ ਤੋਂ ਇਲਾਵਾ ਜਿੰਨਾ ਵੀ ਅਗਾਹ ਵਧੂ ਲੋਕਾਂ ਨੇ ਸਕੂਲ ਬਣਨ ਲਈ ਮਾਇਆ ਜ਼ਮੀਨ ਅਨਾਜ ਤੇ ਕਿਸੇ ਵੀ ਪ੍ਰਕਾਰ ਦਾ ਹਿੱਸਾ ਪਾਇਆ ਸਮੁੱਚੀ ਮਨੁੱਖਤਾ ਲਈ ਉਹ ਪ੍ਰੇਰਨਾ ਸਰੋਤਨੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਮਾਲਵਾ ਖਾਲਸਾ ਸਕੂਲ ਗੁਰੂ ਤੇਗ ਬਹਾਦਰਗੜ ਦੀ ਸਥਾਪਨਾ 20ਵੀਂ ਸਦੀ ਦੇ ਦੂਜੇ ਦਹਾਕੇ 'ਚ ਹੋਈ ਇਸ ਸਕੂਲ ਦੇ ਜਨਮ ਤੋਂ ਲੈ ਕੇ ਅੱਜ ਤੱਕ ਬਹੁਤ ਦੌਰ ਆਪਣੀ ਤੇ ਹੰਡਾਈ ਇਸ ਸਕੂਲ ਦਾ ਗ੍ਰਾਫ ਜਦੋਂ ਵੀ ਕਿਸੇ ਸੰਕਟ ਕਰਕੇ ਹੇਠਾਂ ਗਿਆ ਤਾਂ ਉਸ ਤੋਂ ਵੀ ਦੁੱਗਣੀ ਰਫ਼ਤਾਰ ਨਾਲ ਇਸ ਨੇ ਆਪਣੇ ਆਪ ਨੂੰ ਪੈਰਾਸਿਰ ਕੀਤਾ ਹੈ ਇਸ ਸਕੂਲ ਨੇ ਆਮ ਸਧਾਰਨ ਘਰਾਂ ਦੇ ਧੀਆ ਪੁੱਤਾਂ ਨੂੰ ਐਸੀ ਤਾਲੀਮ ਦਿੱਤੀ ਕਿ ਉਹ ਆਮ ਤੋਂ ਸ਼ਖਸੀਅਤਾਂ ਬਣ ਕੇ ਦੁਨੀਆ ਵਿੱਚ ਵਿਛਰੇ। ਉਹਨਾਂ ਸ਼ਖਸੀਅਤਾਂ ਵਿੱਚ ਜ਼ਿਕਰਯੋਗ ਨਾਮ ਨੇ ਜਰਨਲ surjit singh braad, brigadier jaswant singh, dr kheem singhl, ਉਪਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਹਰदयाल ਸਿੰਘ ਸਮਾਲਸਰ, ਗੁਰਨਾਮ ਸਿੰਘ ਤੀਰ ਤੇ ਸਰਦਾਰ ਦਲੀਪ ਸਿੰਘ ਗਿੱਲ ਡਾਕਟਰ ਅਜਾਬ ਸਿੰਘ ਬਰਾੜ ਨੱਥੇਵਾਲਾ ਹੈਡਮਾਸਟਰ ਕਰਤਾਰ ਸਿੰਘ ਬਰਾੜ ਸਮਾਲਸਰ ਸੁਰਜੀਤ ਸਿੰਘ ਬਰਾੜ ਵੈਰੋਂਕੇ ਸਰਦਾਰ ਨਿਸ਼ੱਤਰ ਸਿੰਘ ਬਰਾੜ ਕੋਟਲਾ ਮੇਰ ਸਿੰਘ ਵਾਲਾ ਸਾਹਿਤਕਾਰ ਨਵਤੇਜ ਭਾਰਤੀ ਤੇ ਅਜਮੇਰ ਸਿੰਘ ਰੋਡੇ ਮਿਸਟਰ ਮਹਿੰਦਰ ਸਿੰਘ ਸਰਾ ਵੈਰੋਂਕੇ ਸਾਧੂ ਸਿੰਘ ਬਰਾੜ ਰਾਜਿਆਣਾ ਗੁਰਨਾਮ ਸਿੰਘ ਤੀਰ ਬਲਵੰਤ ਸਿੰਘ ਬਰਾੜ ਵੈਰੋਂਕੇ ਸਰਦਾਰ ਸਾਧੂ ਸਿੰਘ ਥੱਥੀ ਭਾਈ ਪ੍ਰਿੰਸੀਪਲ ਡਾਕਟਰ ਦਲੀਪ ਸਿੰਘ ਗਿੱਲ ਇਹ ਮਹਾਨ ਵਿਅਕਤੀ ਉਹਨਾਂ ਕਾਬਲ ਅਧਿਆਪਕਾਂ ਦੀ ਯੋਗਤਾ ਤੇ ਮੋਹਰ ਲਾਉਂਦੇ ਨੇ ਜਿਨ੍ਹਾਂ ਨੇ ਟਿੱਬਿਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਮਾਲਵੇ ਵਿੱਚ ਪਹਿਲਵਾਨੀ, ਕਿਰਸਾਨੀ ਤੋਂ ਬਾਅਦ ਵਿਦਵਾਨੀ ਨੂੰ ਜਨਮ ਦਿੱਤਾ। ਚਾਹੇ ਸਾਰੇ ਨਹੀਂ ਪਰ ਵਕਤ ਦੀ ਕਮੀ ਹੋਣ ਕਰਕੇ ਕੁਝ ਕੁ ਜ਼ਰੂਰੀ ਨਾਮ ਲੈਣੇ ਤਾਂ ਬੰਦੇ ਨੇ। 1 अप्रैल 1920 ਨੂੰ ਗੁਰੂ ਨਾਨਕ ਦੇਵ ਮਾਲਵਾ ਖਾਲਸਾ ਸਕੂਲ ਗੁਰੂ ਤੇਗ ਬਹਾਦਰਗੜ ਚਾਲੂ ਕੀਤਾ ਤਾਂ ਸਰਦਾਰ ਸੇਵਾ ਸਿੰਘ ਫਤਿਹਗੜ ਮੁੱਖ ਅਧਿਆਪਕ ਨਿਯੁਕਤ ਕੀਤੇ ਗਏ 13 ਅਗਸਤ 1920 ਨੂੰ ਲਾਲ ਮथुरादास ਜੀ ਪਿੰਡਰਾਵਾਲੇ ਮੁੱਖ ਅਧਿਆਪਕ ਬਣੇ ਤੇ ਸ਼੍ਰੀ ਮੰਗੂ RAM ਜੀ ਪਿੰਡ ਚੰਨ ਨਵਾ 23 April 1921 ਨੂੰ ਬਤਾਰ ਮੁੱਖ ਅਧਿਆਪਕ ਰਹੇ ਕੁਝ ਕੁ ਦਿਨ 14 ਮਈ 1921 ਨੂੰ ਸਰਦਾਰ ਮੇਲਾ ਸਿੰਘ ਬੁੱਧ ਸਿੰਘ ਵਾਲੇ ਤੇ 3 ਮਈ 1924 ਨੂੰ ਸਰਦਾਰ ਭੋਲਾ ਸਿੰਘ ਅੰਮ੍ਰਿਤਸਰ ਸਕੂਲ ਮੁਖੀ ਵਜਵਾਈ ਜਿੱਥੇ ਇਸ ਸਕੂਲ ਦੇ ਕਾਬਲ ਅਧਿਆਪਕਾਂ ਨੇ ਵਿਦਿਆ ਦੇ ਖੇਤਰ ਵਿੱਚ ਆਮ ਬੱਚਿਆਂ ਨੂੰ ਨਾਮੀ ਕਰ ਦਿੱਤਾ ਉਥੇ ਜ਼ਿੰਦਗੀ ਦੇ ਉਹ ਰੰਗ ਜਿਨ੍ਹਾਂ ਨੂੰ ਜ਼ਿੰਦਗੀ ਤੋਂ ਪਾਸੇ ਰੱਖ ਕੇ ਜ਼ਿੰਦਗੀ ਨੂੰ ਕਿਆਸਿਆ ਨਹੀਂ ਜਾ ਸਕਦਾ ਜਿਵੇਂ ਖੇਡਾਂ ਸਾਹਿਤ ਕਾਰੀ ਉਸ ਵੀ ਆਪਣੇ ਝੰਡੇ ਗੱਡੇ ਇਥੇ ਜ਼ਿਕਰ ਕਰਨਾ ਬੰਦਾ ਹੈ ਹਡਮਾਸਟਰ ਕਰਤਾਰ ਸਿੰਘ ਸਵਰਨ ਸਿੰਘ ਬਰਾੜ ਜਿਨ੍ਹਾਂ ਦੇ ਮੁੱਢਲੀ ਯਤਨਾ ਕਰਕੇ ਇੱਥੇ ਖੇਡ ਮੈਦਾਨ ਚ ਬਦਲ ਗਈ ਇਹਨਾਂ ਦੇ ਨਾਲ ਉਸ ਵੇਲੇ ਦੇ ਵਿਦਿਆਰਥੀ ਤੇ ਖੇਡਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਬੰਦਾ ਯੋਗਦਾਨ ਦਿੱਤਾ ਤੇ ਫਿਰ ਇਹ ਥੇ ਤੋਂ ਮੈਦਾਨ ਬਣੀ ਭਾਗਾ ਵਾਲੀ ਭੂਮੀ ਨੇ ਮਹਾਨ ਖਿਡਾਰੀ ਰਾਜਿਆਣਾ ਵਾਲਾ ਗੁਰदयाल ਸਿੰਘ ਬਿੱਲੂ ਵੈਰੋਕਿਆਂ ਵਾਲਾ ਨਿਰੰਜਨ ਸਿੰਘ ਨੰਜੀ ਰੋਡਿਆਂ ਵਾਲਾ ਬਾਬਾ ਮੀਰ ਸਿੰਘ ਮੋਲਾ ਬਹੁਤ ਹੀ ਸਫਾਈ ਦੀ ਖੇਡ ਖੇਡਣ ਵਾਲਾ ਵੈਰੋਕਿਆਂ ਦਾ ਉਜਾਗਰ ਸਿੰਘ ਮਾਸਟਰ ਪ੍ਰੀਤਮ ਸਿੰਘ ਪੀਟੀ ਕੋਟਲਾ ਮੀਰ ਸਿੰਘ ਰੋਡਿਆਂ ਵਾਲਾ ਸ਼ੇਰੂ ਗੁਰਚਰਨ ਸਿੰਘ ਫਿਲੋ ਰੋਡੇ ਨਸ਼ਤਰ ਸਿੰਘ ਕੁੱਕਰ ਰੋਡੇ ਮੱਦੋਕਿਆਂ ਵਾਲਾ ਮਲ ਸਿੰਘ ਰਾਜਿਆਣੇ ਵਾਲੇ ਬਿੱਲੂ ਦਾ ਸਾਥੀ ਹਰੀ ਸਿੰਘ ਪੈਦਾ ਕੀਤੇ ਚਾਹੇ ਸੰਸਥਾ ਨੂੰ ਚਲਾਉਣ ਲਈ ਇਲਾਕੇ ਦੇ ਮੋਤਵਾਰ ਲੋਕਾਂ ਨੇ ਸਮੇਂ ਦੇ ਲੀਡਰਾਂ ਨੇ ਮੰਤਰੀਆਂ ਤੇ ਸਰਕਾਰਾਂ ਨੇ ਬਣਦਾ ਯੋਗਦਾਨ ਦਿੱਤਾ ਤੇ ਅੱਜ ਵੀ ਦੇ ਰਹੇ ਨੇ ਪਰੰਤੂ ਇਸ ਇਲਾਕੇ ਦੇ ਲੋਕਾਂ ਦਾ ਵਿਦਿਆ ਨਾਲ ਮੋਹ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਇਹਨਾਂ ਨੇ ਆਪਣੇ ਸਕੂਲ ਦਾ ਖਿਆਲ ਰੱਖਣ ਲਈ ਤੇ ਇਸ ਦੀ ਤਰੱਕੀ ਨੂੰ ਉਸਮਾਨ ਟਿੱਕਰ ਲੈ ਕੇ ਜਾਣ ਦੀ ਜ਼ਿੰਮੇਵਾਰੀਆਂ ਨਿਭਾਉਣ ਵੇਲੇ ਫੰਡ ਦੇਣ ਵੇਲੇ ਕਦੇ ਵੀ ਨੱਕ ਨਹੀਂ 모ੜਿਆ ਜਦੋਂ ਵੀ ਸਕੂਲ ਨੂੰ ਮੋਤਵਾਰ ਲੋਕਾਂ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਇਥੋਂ ਸਮੇਂ-ਸਮੇਂ ਤੇ ਪ੍ਰਬੰਧਕੀ ਕਮੇਟੀਆਂ ਹੋਣ ਚਾਹੀਆਂ ਤੇ ਉਹਨਾਂ ਕਮੇਟੀਆਂ ਨੇ ਇਸ ਸਕੂਲ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਅੱਜ ਵੀ ਇਹ ਸਕੂਲ ਪੁਰਾਣੇ ਵਿਦਿਆਰਥੀਆਂ ਦੇ ਸਹਿਯੋਗ ਕਰਕੇ ਇਲਾਕੇ 'ਚ ਆਪਣੀ ਝੰਡੀ ਰੱਖਦਾ ਹੈ ਇਨ ਅਪਰਾਣੇ ਵਿਦਿਆਰਥੀਆਂ ਚੋਂ ਕੁਝ ਵਿਦੇਸ਼ਾਂ ਦੀ ਧਰਤੀ ਤੇ ਜਾ ਵਸੇ ਕੁਝ ਸਰਕਾਰੀ ਨੌਕਰੀ ਚ ਆਪਣੀਆਂ ਸੇਵਾਵਾਂ ਦੇਣ ਲੱਗੇ ਕੁਝ ਕੁ ਸਿਆਸਤ ਚ ਕੱਦਾਵਾਰ ਹੋ ਨਿਭੜੇ ਇਨਾਂ ਪੁਰਾਣੇ ਵਿਦਿਆਰਥੀਆਂ ਤੇ ਮੌਜੂਦਾ ਸਕੂਲ ਦੇ ਸਮੂਹ ਸਟਾਫ ਤੇ ਪ੍ਰਿੰਸੀਪਲ ਦਿਲਬਾਗ ਸਿੰਘ ਬਰਾੜ ਦੇ ਸਹਿਯੋਗ ਕਰਕੇ ਅੱਜ ਇਹ ਸਕੂਲ ਬੁਲੰਦੀਆਂ ਛੂ ਰਿਹਾ ਵਿਰਾਸਤ ਮੀਡੀਆ ਦੀ ਪੂਰੀ ਟੀਮ ਸਮੂਹ ਮਿਹਨਤੀ ਲੋਕਾਂ, ਅਫਸਰਾਂ ਤੇ ਬੱਚਿਆਂ ਨੂੰ ਸ਼ਾਬਾਸ਼ੀ ਦਿੰਦੀ ਹੋਈ ਇਹਨਾਂ ਦੇ ਕੰਮਾਂ ਅੱਗੇ ਨਤਮਸਤਕ ਹੁੰਦੀ ਹੈ। ਤੇ ਇਸ ਸਕੂਲ ਦੀ ਚੰਗੀ ਭਵਿੱਖ ਦੀ ਕਾਮਨਾ ਕਰਦੀ ਹੈ ਤੇ ਨਾਲ ਦੀ ਨਾਲ ਜੇਕਰ ਕਿਸੇ ਪ੍ਰਕਾਰ ਦੀ ਜਾਣਕਾਰੀ, ਅੰਕੜਾ ਜਾਂ ਨਾਵਾਂ ਦੀ ਤ੍ਰੁੱਟੀ ਹੋਵੇ ਤਾਂ ਅਸੀਂ ਇਸ ਲਈ ਖਿਮਾ ਦੇ ਆ ਚਕਾਂ। ਕਿਸੇ ਵੀ ਨਵੀਂ ਰਿਪੋਰਟ ਦੇ ਨਾਲ ਫਿਰ ਪੇਸ਼ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।